ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਵੀ ਸਪਰੇਅ ਦੀ ਲੋੜ ਹੈਗੀ ਹੈ ਕਿ ਨਹੀਂ ਦੂਜੀ ਦੀ। ਅਤੇ ਆਪਾਂ ਪਹਿਲਾਂ ਸਪਰੇਅ ਕੀਤੀ ਸੀ, ਕਿੰਨੇ ਦਿਨ ਹੋ ਗਏ, ਕਿਹੜੀ ਕੀਤੀ ਸੀ, ਆਪਾਂ ਉਹ ਵੀ ਦੱਸਾਂਗੇ। ਅਤੇ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਹੁਣ ਜਿਹੜੀ ਆਹ ਕਣਕ ਹੈ, ਆਹ ਕਣਕ ਤੁਹਾਨੂੰ ਵੇਖਣ 'ਚ ਦਿਖਦੀ ਹੋਊਗੀ ਕੈਮਰੇ 'ਚ ਵੀ ਰੰਗ ਵਟਾਈ ਆਉਂਦੀ ਹੈ, ਉੱਤੋਂ ਭੂਸਲੀ ਜੀ ਹੋ ਗਈ। ਆਹ ਵੇਖੋ ਛਿੱਟਾਂ ਦੇ ਰੰਗ ਪੂਰੇ ਵਟੇ ਖੜੇ, ਦਾਣੇ ਨਹੀਂ ਅਜੇ ਪੂਰੇ ਬਣੇ ਵੀ, ਜਾਣ ਕੇ ਦਾਣੇ ਤਾਂ ਬੱਕਲੀਆਂ ਹੀ ਹੈ ਅਤੇ ਪਰ ਊਂ ਰੰਗ ਵੇਖ ਲਓ ਤੁਸੀਂ। ਅਤੇ ਆਪਾਂ ਸਾਰੀ ਕਣਕ 'ਤੇ, ਕੁਛ ਕਣਕ 'ਤੇ ਤਾਂ ਸਪਰੇਅ ਕੀਤੀ ਸੀਗੀ ਪਹਿਲਾਂ, ਤਾਂ ਕੁਛ 'ਤੇ ਕੀਤੀ ਸੀ ਹਫ਼ਤਾ ਲੇਟ। ਉਹ ਕਾਰਨ ਇਹ ਸੀਗਾ ਵੀ ਉਹਨੂੰ ਪਾਣੀ ਲੱਗਿਆ ਸੀ, ਆਪਾਂ ਗਿੱਲੀ ਕਣਕ ਕਰਕੇ ਵੜੇ ਨਹੀਂ ਸੀ। ਅਤੇ ਜਿਹੜੇ ਨੂੰ ਪਹਿਲਾਂ ਸਪਰੇਅ ਕੀਤੀ ਸੀ ਉਹ ਆਹ ਕਣਕ ਆ, ਅਤੇ ਬਾਕੀ ਆਪਾਂ ਵੇਖਦੇ ਹਾਂ ਵੀ ਇਹਨੂੰ ਸਪਰੇਅ ਦੀ ਲੋੜ ਹੈਗੀ ਹੈ ਕਿ ਨਹੀਂ। ਅਤੇ ਬਾਕੀ ਇਦੋਂ ਬਾਅਦ ਸਪਰੇਅ ਦੀ ਲੋੜ ਵੀ ਨਹੀਂ ਪੈਣੀ ਕਿਉਂਕਿ ਕਣਕ ਰੰਗ ਵਟਾ ਚੱਲੀ। ਅਤੇ ਸਪਰੇਅ ਕੀਤੀ ਨੂੰ ਹੋ ਗਏ ਹੋਣਗੇ ਤਾਂ ਘੱਟ ਤੋਂ ਘੱਟ 20 ਦਿਨ, ਉਦੋਂ ਆਪਾਂ ਇਹ ਤਾਂ ਸਪਰੇਅ ਕੀਤੀ ਸੀ। ਇਹ ਤਾਂ ਸੁੰਡੀ ਵਾਲੀ ਸਪਰੇਅ ਨਹੀਂ ਪਾਈ ਸੀ ਆਪਾਂ, ਤੇਲੇ ਵਾਲੀ ਅਤੇ ਪੀਲੀ ਕੁੰਗੀ ਵਾਲੀ ਸਪਰੇਅ ਪਾਈ ਸੀ, ਉਹ ਵੀ ਅਕਟਾਰਾ ਅਤੇ ਟੈਲਟ। ਅਤੇ ਜਿਹੜੀ ਅਕਟਾਰਾ ਪਾਈ ਸੀ ਡੋਜ ਆਪਾਂ, ਉਹ ਪਾਈ ਸੀਗੀ 12 ਕਿੱਲਿਆਂ ਦੇ ਲੀਟਰ। ਅਤੇ ਜਿਹੜੀ ਸੀਗੀ ਟੈਲਟ ਉਹ ਪਾਇਆ ਸੀ ਆਪਾਂ 5 ਕਿੱਲਿਆਂ ਦੇ ਲੀਟਰ, 200 ਗ੍ਰਾਮ ਕਿੱਲੇ ਦੀ ਇਹ ਸਪਰੇਅ ਕੀਤੀ ਸੀ ਇੱਥੇ। ਅਤੇ ਆਹ ਦਰੱਖਤਾਂ ਥੱਲੇ, ਆ ਜਿਵੇਂ ਦਰੱਖਤ ਹੈ ਥੱਲੇ ਛਾਂ ਹੈ, ਅਤੇ ਛਾਵੇਂ ਪਤਾ ਲੱਗ ਜਾਂਦਾ ਵੀ ਤੇਲਾ ਹੈਗਾ ਕਿ ਨਹੀਂ ਹੈਗਾ, ਅਤੇ ਇੱਥੋਂ ਆਪਾਂ ਨੂੰ ਪਤਾ ਲੱਗ ਜੂਗਾ। ਆਪਾਂ ਚਿੱਟਾ ਪੜ੍ਹ ਕੇ ਵੇਹਦੇ ਹਾਂ ਇਹਦੇ 'ਚ ਤੇਲਾ ਹੈਗਾ ਕਿ ਨਹੀਂ ਹੈਗਾ। ਆਹ ਦੇਖੋ ਕੋਈ ਦਾਣਾ ਨਹੀਂ ਤੇਲੇ ਦਾ, ਜਮਾਂ ਸਾਫ਼ ਪਏ ਚਿੱਟੇ, ਅਤੇ ਕਣਕ ਵੀ ਬਾਕੀ ਵਧੀਆ ਖੜ੍ਹੀ ਆ। ਦੇਖੋ ਤੁਸੀਂ ਦਰੱਖਤਾਂ ਥੱਲੇ ਹਰੀ ਰਹਿੰਦੀ ਹੈ, ਜਾਂ ਜਿਹੜੀ ਦੌਕੀ ਪਿੱਛੋਂ ਉੱਗਰੀ ਪਾਣੀ ਪੂਣੀ ਲੱਗੇ ਤਾਂ ਉਹ ਹਰੀ ਰਹਿੰਦੀ ਹੈ, ਬਾਕੀ ਤਾਂ ਐਂ ਨੂੰ ਵੇਖੋ ਤੁਸੀਂ ਰੰਗ ਵਟਾਈ ਖੜ੍ਹੀ ਹੈ। ਬਾਕੀ ਕਣਕਾਂ ਐਤਕੀ ਸਾਰੀਆਂ ਵਧੀਆ, ਜਿੱਥੇ ਡਿੱਗੀਆਂ ਉੱਥੇ ਥੋੜ੍ਹਾ ਜਿਹਾ ਲੱਗਦਾ ਵੀ ਨੁਕਸਾਨ ਹੋਊਗਾ, ਜਾਂ ਜਿੱਥੇ ਗੜੇ ਗੁੜੇ ਵਾਲੇ ਪਏ ਆ। ਅਤੇ ਠੰਡ ਵਧੀਆ ਪੈ ਗਈ ਐਂਤਕੀ, ਅਤੇ ਕਣਕਾਂ ਵੀ ਵਧੀਆ ਬਣ ਗਈਆਂ, ਝਾੜ ਝੂੜ ਚੰਗੇ ਹੀ ਰਹਿਣਗੇ, ਪਰਮਾਤਮਾ ਸੁੱਖ ਰੱਖੇ। ਪਰ ਹਜੇ ਵੀ ਆਹ ਵੇਖੋ ਮੌਸਮ ਤੁਸੀਂ ਖਰਾਬ ਹੀ ਤੁਰਿਆ ਆਉਂਦਾ, ਅੱਜ ਕਣੀਆਂ ਪਈ ਜਾਂਦੀਆਂ ਸੀ, ਹੁਣ ਧੁੱਪ ਕੱਢ ਲਈ, ਅਤੇ ਬਾਕੀ ਕਈ ਪਾਸੇ ਮੀਂਹ ਵੀ ਪਾਇਆ ਅੱਜ ਇੱਧਰ ਬਾਗੇ ਵਾਲਾ ਸਾਈਡ। ਅਤੇ ਆਪਾਂ ਤਾਂ ਕੀ ਕਰ ਸਕਦੇ ਹਾਂ, ਪਰਮਾਤਮਾ ਦੇ ਵਾਸੀ ਹੈ ਜਿਹੜਾ ਕੁਛ ਹੈਗਾ। ਅਤੇ ਇਹ ਕਣਕ ਆਪਾਂ ਤੁਹਾਨੂੰ ਦੱਸੀ ਕਿਹੜੀ ਸੀ, ਇਹ ਕਣਕ ਸੀਗੀ 30-86। ਇਹਦੇ 'ਤੇ ਆਪਾਂ 30-86 ਕਣਕ 'ਤੇ ਪਹਿਲਾਂ ਸਪਰੇਅ ਕੀਤੀ ਸੀ। ਇਹ 'ਤੇ ਇੱਕ ਤਾਂ ਕਾਰਨ ਸਪਰੇਅ ਕਰਨ ਦਾ ਸੀਗਾ, ਇਹਨੂੰ ਨਾ ਪੀਲੀ ਕੁੰਗੀ ਥੋੜ੍ਹੀ ਜ਼ਿਆਦਾ ਪੈਂਦੀ ਆ, ਹਲਦੀ ਰੋਗ ਜਾ, ਅਤੇ ਆਪਾਂ ਤਾਂ ਕਰਕੇ ਇਹ 'ਤੇ ਪਹਿਲਾਂ ਸਪਰੇਅ ਕਰਤੀ ਸੀ। ਅਤੇ ਬਾਕੀ ਐਤਕੀ 2 ਸਪਰੇਆਂ ਕਰਨ ਦਾ ਇਰਾਦਾ ਸੀ, ਪਰ ਲੱਗਦਾ ਨਹੀਂ ਹੁਣ ਲੋੜ ਪਊਗੀ ਕਿਉਂਕਿ ਹੁਣ ਨਾ ਕਣਕਾਂ ਰੰਗ ਵਟਾ ਗਈਆਂ। ਆਹ ਵੇਖੋ ਤਾਂ ਆਪਣੀ ਉਹ ਕਣਕ, ਜਿਹੜੀ ਆਹ ਸਾਹਮਣੇ ਕਣਕ ਦਿੰਦੀ ਹੈ ਪੀਲੀ ਜੀ, ਇਹ ਕਣਕ 'ਤੇ ਆਪਾਂ ਪਿੱਛੋਂ ਸਪਰੇਅ ਕੀਤੀ ਆ ਹਫ਼ਤਾ, ਅਤੇ ਇਸ ਕਣਕ 'ਤੇ ਆਪਾਂ ਪਹਿਲਾਂ ਕੀਤੀ ਸੀ। ਅਤੇ ਬਾਕੀ ਕਣਕਾਂ ਦਾ ਪਕਾ ਬਹੁਤ ਵਧੀਆ, ਅਤੇ ਜੇ ਪਕਾ ਵਧੀਆ ਤਾਂ ਫਿਰ ਝਾੜ ਵੀ ਵਧੀਆ ਹੋਊਗਾ, ਬਾਕੀ ਮਾਲਕ ਸੁੱਖ ਰੱਖੇ। ਹੁਣ ਮੀਂਹ ਕਿਣ ਤੋਂ ਬਚਾ ਕੇ ਰੱਖੇ ਫੇਰ ਹੀ ਹੈ, ਅਤੇ ਨਹੀਂ ਤਾਂ ਸਾਹ ਹੀ ਸੁੱਕੀ ਜਾਂਦੇ ਉਹਨਾਂ ਚਿਰ।
ਤੇ ਬਾਕੀ ਆਹ ਵੇਖੋ ਜਿਹੜੀ ਔਲੀਆਂ ਲੱਗੀਆਂ ਸੀ ਆਹ ਵੀ ਆ ਗਈਆਂ ਹੁਣ ਤਾਂ ਜਦੋਂ ਔਲੀਆਂ ਆ ਜਾਣ ਬਸ ਉਦੋਂ ਬਾਅਦ ਤਾਂ ਕੰਮ ਨੇੜੇ ਹੁੰਦਾ ਆਹ ਕਣਕ ਤਾਂ ਆਪਾਂ ਪਿੱਛੋਂ ਸਪਰੇ ਕੀਤੀ ਸੀ ਇਹ ਤਾਂ ਆਪਾਂ ਤੁਹਾਨੂੰ ਦੌਗੀ ਵੀ ਖਾਈ ਸੀਗੀ ਪੀਲੀ ਕੁੰਗੀ ਦੀ ਇਹ ਸੀ ਆਪਣੀ ਅੱਜ ਦੀ ਵੀਡੀਓ ਸਪਰੇ ਕਰੀਏ ਕਿ ਨਾ ਕਰੀਏ ਪਰ ਨਹੀਂ ਲੋੜ ਪੈਣੀ ਹੁਣ ਤਾਂ ਕਿਉਂਕਿ ਇੱਕ ਤਾਂ ਮੀਂਹ ਕਣੀ ਜਿਹਾ ਪਈ ਜਾਂਦਾ ਅਤੇ ਇੱਕ ਕਣਕਾਂ ਵੀ ਹੁਣ ਤਾਂ ਰੰਗ ਵਟਾ ਚੱਲੀਆਂ ਨਾ ਹੀ ਕਿਤੇ ਕੋਈ ਤੇਲਾ ਹੈਗਾ ਛਾਵੇਂ ਛੂਵੇਂ ਤੇਲਾ ਹੁੰਦਾ ਜਾਂ ਮੱਥਿਆਂ 'ਤੇ ਭਾਰੀਆਂ ਦੌਗੀਆਂ 'ਚ ਪਰ ਨਹੀਂ ਕੋਈ ਲੋੜ ਨੀਗੀ ਨਾ ਕੋਈ ਬਿਮਾਰੀ ਹੈ ਅਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦਾ ਕਿਸੇ ਹੋਰ ਵੀਡੀਓ ਨਾਲ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲੇ ਬੈੱਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ